जूड़े वाली कुड़ी जो टिक्किया सारे नु खवांदी है, काफी मशहूर दुकान चलांदी है, काफी चिर तों इत्थे काम कर रही है। ਤੁਸੀਂ ਬਾਹਰ ਜਾਣ ਬਾਰੇ ਨਹੀਂ ਸੋਚਿਆ? ਅੱਜ ਕੱਲ੍ਹ ਸਾਰੇ ਫੋਰਨ ਨੂੰ ਭੱਜ ਰਹੇ, ਤੁਸੀਂ ਨਹੀਂ ਸੋਚਿਆ? ਦੇਖੀ ਜਾਊਗੀ ਜੋ ਹੋਊਗਾ। ਅੱਛਾ, ਦੇਖੀ ਜਾਊਗੀ ਜੋ ਹੋਏਗਾ। ਦਿਲ ਵੈਸੇ ਇੱਥੇ ਲੱਗਿਆ ਹੋਇਆ। ਇੱਕ ਤਾਂ ਤੁਸੀਂ ਸ਼ਰਮਾਉਂਦੇ ਬਹੁਤ ਔਰ ਗੱਲਾਂ ਬਹੁਤ ਘੱਟ ਕਰਦੇ ਹੋ, ਇੱਦਾਂ ਦਾ ਕਿਉਂ ਹੈ? ਅੰਕਲ, ਬੜੀ ਛੋਟੀ ਉਮਰ 'ਚ ਤੁਹਾਡੀ ਕੁੜੀ ਕੰਮ ਲੱਗ ਗਈ ਸੀਗੀ, ਕੀ ਕਹਿਣਾ ਚਾਹੋਗੇ? ਤੇ ਬੜੀ ਤਕਲੀਫ ਜੀ ਹੋ ਗਈ ਜੀ, ਕੋਈ ਜੀ ਮੈਂ ਸੜ ਗਿਆ ਸੀਗਾ, ਤਾਂ ਕਰਕੇ ਫਿਰ ਆਉਣਾ ਪਿਆ ਇੱਥੇ। ਤਾਂ ਵਾਂਗ ਕੰਮ ਕਰਦੀ ਕੁੜੀ? ਹਾਂਜੀ ਹਾਂਜੀ। ਔਰ ਬਣੀ ਹੀ ਪੁੱਤ ਵਾਂਗ ਹੀ ਹੋਈ ਹੈ, ਹੈ ਨਾ? ਹਾਂਜੀ ਹਾਂਜੀ। ਤੁਸੀਂ ਕਦੀ ਕਿਹਾ ਨਹੀਂ ਕਿ ਤੂੰ ਜੂੜਾ ਕਿਉਂ ਕਰਕੇ ਰੱਖਦੀ ਹੈ ਕੁੜੀ ਹੋ ਕੇ? ਜੂੜਾ ਸ਼ੁਰੂ ਤੋਂ ਕਰਦੀ ਹੈ ਨਾ ਜੀ। ਹਾਂ, ਸ਼ੁਰੂ ਤੋਂ ਜੂੜਾ ਕਰਦੀ ਹੈ ਨਾ ਜੀ। ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਹੈ ਤੁਹਾਡੀ ਬੇਟੀ, ਕੀ ਕਹਿਣਾ ਚਾਹੋਗੇ? ਮਾਣ ਮਹਿਸੂਸ ਹੁੰਦਾ ਹੈ? ਨਹੀਂ ਹੈ ਨਹੀਂ। ਆਹੋ ਜੋ ਤਾਂ ਹੈਗਾ ਹੀ ਹੈ ਜੀ, ਮੁੰਡੇ ਨਾਲ ਵਧ ਕੇ ਕੰਮ ਕਰਦੀ ਹੈ ਜੀ। ਮੋਗੇ एक मशहूर दुकान पर असी मौजूद हो और तस्वीर थोनू विखाई कि किस तरह ये जूड़े वाली कुड़ी मशहूर आ, जो भी तुसी आओगे इत्थे तां काम दे विच ही व्यस्त नज़र आएगी। डेली पोस्ट पंजाबी देख रहे हो तुसी, मैं हाँ जसनूर तवन। अक्सर वक् वक् कहानियां लेके थोड़े तक पहुँचते हैं, हर एक शख्स का अपना किरदार होंदा है, अपनी कहानी होंदी है। आज की कहानी भी बेहद खास रहेगी, बेहद खास इंटरव्यू होएगी, क्योंकि मोगा थोड़ा लेके पहुँचे हाँ। जेकर तुसी मोगा के रहने वाले हो या फिर जेकर तुसी मोगा आंदे हो तो इतों दी टिक्कियां तुसी जरूर खादियां होणगे, और इतों दी कुड़ी बड़ी फेमस है, जूड़े वाली कुड़ी जो टिक्कियां सारे नूं खवांदी है, काफ़ी मशहूर दुकान चलांदी है, काफ़ी चिर तों इत्थे काम कर रही है, तो काम भी कर रही है, नाल असी गलबात भी करांगे, स्वागत भी करांगे डेली पोस्ट पंजाबी ते। की ना की है थोड़ा? सब तो पहले ते जानना चाहिए। मनजीत कौर है जी। अच्छा, किन्नी उम्र तो इत्थे काम कर रहे हो? 12-13 साल हो गए जी। और ये तुसी जूड़े वाली कुड़ी दे नाल जाने जांदे हो, इहदे पिछे कहानी की है? बस वैसे ही कर लग गए जूड़ा काम दे टाइम जी। हां जी, वैसे ही जूड़ा करके और लग गए दे। अच्छा, बचपन तो ही शौक सीगा या फिर किसी ने कहा सीगा कि जूड़ा करना है? बस शौक ही सीगा। शौक ही सीगा। परिवार छोर कौन कौन है? मम्मी, डैडी, भैन भरा सारे ही है। अच्छा, फिर इत्थे थोड़े कोल दुकान ते कौन कौन होंदे? डैडी भरा दे भरा, डैडी ते भरा ही होंदे ही। मैं थोड़ी कहानी दे बारे भी जानना चाहवांगे, असीं सुने कि थोड़ी जिंदगी दे विच भी बड़े उतार चढ़ाव रहे हैं। घर कोई गल जी हो गई सी, स्टोव जा फट गई, फिर दुकान ते काम कर लग गई। अच्छा, छोटी उम्र तो पहले कुकिंग दा शौक सीगा? ਵਾ, ਕੰਮ ਦਾ ਹੀ ਸ਼ੌਂਕ ਸੀਗਾ ਜੀ, ਕੰਮ ਦੀ ਬਾਰੇ। ਅੱਛਾ, ਦੁਕਾਨ ਇੱਥੇ ਪਹਿਲੇ ਕੋਈ ਹੋਰ ਵੀ ਚਲਾਉਂਦਾ ਸੀਗਾ ਜਾਂ ਤੁਸੀਂ ਸ਼ੁਰੂਆਤ ਕੀਤੀ? ਡੈਡੀ ਕਰਦੇ ਸੀਗੇ ਜੀ, ਉਸ ਤੋਂ ਬਾਅਦ ਮੈਂ ਤੇ ਮੇਰਾ ਭਰਾ ਕਰਨ ਲੱਗ ਗਏ। ਅੱਛਾ, ਫਿਰ ਡੈਡੀ ਕਿਉਂ ਨਹੀਂ ਕਰ ਪਏ? ਘਰੇ ਸਟੋਵ ਜਿਹਾ ਫਟ ਗਿਆ ਸੀਗਾ ਜੀ, ਫਿਰ ਡੈਡੀ ਸੜ ਗਏ ਸੀ, ਇਸ ਕਰਕੇ ਫਿਰ ਤਾਂ ਕਰਕੇ। ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੇ ਹੋ ਤੁਸੀਂ, ਕਹਿੰਦੇ ਲੋਕੀ ਕਹਿੰਦੇ ਕਿ ਜਦੋਂ ਮੋਗੇ ਜਾਣਾ ਤਾਂ ਜੂੜੇ ਵਾਲੀ ਕੁੜੀ ਕੋਲ ਜ਼ਰੂਰ ਜਾਣਾ। ਹੋਰ ਕੀ ਹੁੰਦਾ ਇੱਥੇ? ਟਿੱਕੀਆਂ ਦੇ ਹੌਟਡੌਗ ਹੁੰਦੇ ਆ ਜੀ। ਟਿੱਕੀਆਂ ਤੇ ਹੌਟਡੌਗ ਹੁੰਦੇ ਆ, ਤੇ ਰੋਜ਼ ਕਿੰਨੇ ਕਸਟਮਰ ਆ ਜਾਂਦੇ ਫਿਰ? ਆ ਹੀ ਜਾਂਦੇ ਆ। ਔਰ ਇਹ ਸਾਰਾ ਤੁਸੀਂ ਆਪ ਮੈਨੇਜ ਕਰਦੇ ਹੋ? ਸੋ ਤਾਂ ਡੈਡੀ ਬਣਾ ਦਿੰਦੇ, ਇੱਥੇ ਕਰ ਲਈਦਾ ਆਪ ਨਾਲ ਮਿਲ ਕੇ। ਅੱਛਾ, ਇਹ ਛੋਲੇ ਸਾਰੇ ਡੈਡੀ ਬਣਾ ਕੇ ਭੇਜਦੇ ਕਰੋ? ਹਾਂਜੀ। ਔਰ ਤੁਸੀਂ ਇੱਥੇ ਕਿੰਨੇ ਵਜੇ ਆ ਜਾਂਦੇ ਹੋ? ਸਵੇਰੇ 10 ਵਜੇ ਆਈਦਾ ਜੀ। ਔਰ ਕਸਟਮਰਸ ਦੇ ਰਿਵਿਊ ਕਿਹੋ ਜਿਹੇ ਰਹਿੰਦੇ ਆ? ਕਿਵੇਂ? ਕਸਟਮਰ ਦੇ ਰਿਵਿਊ ਕਿਹੋ ਜਿਹੇ ਰਹਿੰਦੇ, ਕੀ ਕਹਿੰਦੇ ਆ ਜਿਹੜੇ ਲੋਕ ਆਉਂਦੇ ਇੱਥੇ? ਬਸ ਕੁਛ ਨਹੀਂ ਕਹਿੰਦੇ ਜੀ। ਅੱਛਾ, ਕਿਸੇ ਨੇ ਪੁੱਛਿਆ ਵੀ, ਲੋਕੀ ਆ ਕੇ ਪੁੱਛਦੇ ਵੀ ਕਿ ਜੂੜਾ ਕਿਉਂ ਕੀਤਾ ਹੋਇਆ? ਨਹੀਂ, ਕੋਈ ਨਹੀਂ ਪੁੱਛਦਾ ਜੀ। ਅੱਛਾ, ਕੋਈ ਪੁੱਛਦਾ ਨਹੀਂ? ਜਦੋਂ ਕੀਤਾ ਸੀਗਾ, ਜੂੜਾ ਕਰਨਾ ਸ਼ੁਰੂ ਕੀਤਾ ਸੀ, ਉਦੋਂ ਜ਼ਰੂਰ ਪੁੱਛਿਆ ਹੋਣਾ। ਹਾਂਜੀ। ਔਰ ਹਮੇਸ਼ਾ ਤੁਸੀਂ ਆਪਣੇ ਕੰਮ ਦੇ ਵਿੱਚ ਮਸਤੀ ਨਜ਼ਰ ਆਉਂਦੇ ਹੋ, ਉਹਨੇ ਵੀ ਅਸੀਂ ਇੰਟਰਵਿਊ ਕਰ ਰਹੇ ਹਾਂ ਤੇ ਨਾਲ ਵੀ ਤੁਸੀਂ ਕੰਮ 'ਚ ਹੀ ਲੱਗੇ ਹੋਏ ਹੋ। ਹੋਰ ਫਿਰ ਮੰਮੀ ਨਹੀਂ ਆਉਂਦੀ ਇੱਥੇ? ਨਹੀਂ ਜੀ, ਅਸੀਂ ਕਰਦੇ ਕੰਮ ਇੱਥੇ, ਮੰਮੀ ਘਰੇ ਕਰਦੇ। ਅੱਛਾ, ਮੰਮੀ ਘਰੇ ਕੰਮ ਕਰਦੇ ਆ। ਫਿਰ ਇੱਥੇ ਦਿਨ ਕਿਵੇਂ ਨਿਕਲਦਾ ਹੈ? ਕਿੰਨੇ ਕੁ ਵਜੇ ਜ਼ਿਆਦਾ ਰਸ਼ ਹੁੰਦਾ ਹੈ? ਬਸ ਕੋਈ ਟਾਈਮ ਹੀ ਨਹੀਂ ਹੈ ਜੀ ਰਸ਼ ਦਾ, ਕਈ ਵਾਰ ਪੈ ਵੀ ਜਾਂਦਾ, ਕਈ ਵਾਰ ਆਏ। 1 ਮਿੰਟ ਪੈਕ ਕਰ ਦਿਓ। ਤੁਸੀਂ ਬਾਹਰ ਜਾਣ ਬਾਰੇ ਨਹੀਂ ਸੋਚਿਆ? ਅੱਜ ਕੱਲ੍ਹ ਸਾਰੇ ਫੋਰਨ ਨੂੰ ਭੱਜ ਰਹੇ ਆ, ਤੁਸੀਂ ਨਹੀਂ ਸੋਚਿਆ? ਦੇਖੀ ਜਾਊਗੀ ਜੋ ਹੋਊਗਾ। ਅੱਛਾ, ਦੇਖੀ ਜਾਊਗੀ ਜੋ ਹੋਏਗਾ। ਦਿਲ ਵੈਸੇ ਇੱਥੇ ਲੱਗਿਆ ਹੋਇਆ। ਹਾਂਜੀ। ਇੱਕ ਤਾਂ ਤੁਸੀਂ ਸ਼ਰਮਾਉਂਦੇ ਬਹੁਤ ਔਰ ਗੱਲਾਂ ਬਹੁਤ ਘੱਟ ਕਰਦੇ ਹੋ, ਇੱਦਾਂ ਦਾ ਕਿਉਂ ਹੈ? ਵਾਹੀ। ਅੱਛਾ, ਸਵੇਰ ਤੋਂ ਕਿੰਨੇ ਕਸਟਮਰ ਆ ਚੁੱਕੇ? ਵੱਧਦੇ ਆ ਜਾਂਦੇ, ਜਾਂਦੇ ਜਾਂਦੇ। ਗਿਣਤੀ ਨਹੀਂ ਕੋਈ? ਨਹੀਂ ਜੀ। ਅੱਛਾ, ਤੁਹਾਡੇ ਫਾਦਰ ਸਾਹਿਬ ਹੈ ਜਿਹੜੇ ਨਾਲ ਖੜੇ ਆ, ਸੋ ਫਾਦਰ ਸਾਹਿਬ ਵੀ ਨਾਲ ਨੇ, ਇਹ ਵੀ ਨਾਲ ਹੀ ਕੰਮ ਤੇ ਲੱਗੇ ਹੋਏ ਨੇ। ਅੰਕਲ, ਬੜੀ ਛੋਟੀ ਉਮਰ 'ਚ ਤੁਹਾਡੀ ਕੁੜੀ ਕੰਮ ਲੱਗ ਗਈ ਸੀਗੀ, ਕੀ ਕਹਿਣਾ ਚਾਹੋਗੇ? ਤੇ ਬੜੀ ਤਕਲੀਫ ਜੀ ਹੋ ਗਈ ਜੀ, ਕੋਈ ਜੀ ਮੈਂ ਸੜ ਗਿਆ ਸੀਗਾ, ਤਾਂ ਕਰਕੇ ਫਿਰ ਆਉਣਾ ਪਿਆ ਇੱਥੇ ਕੰਮ। ਪੁੱਤਾਂ ਵਾਂਗ ਕੰਮ ਕਰਦੀ ਹੈ ਕੁੜੀ? ਹਾਂਜੀ ਹਾਂਜੀ। ਔਰ ਬਣੀ ਹੀ ਪੁੱਤ ਵਾਂਗ ਹੀ ਹੋਈ ਹੈ, ਹੈ ਨਾ? ਹਾਂਜੀ ਹਾਂਜੀ। ਤੁਸੀਂ ਕਦੀ ਕਿਹਾ ਨਹੀਂ ਕਿ ਤੂੰ ਜੂੜਾ ਕਿਉਂ ਕਰਕੇ ਰੱਖਦੀ ਹੈ ਕੁੜੀ ਹੋ ਕੇ? ਜੂੜਾ ਸ਼ੁਰੂ ਤੋਂ ਕਰਦੀ ਹੈ ਨਾ ਜੀ। ਹਾਂ, ਸ਼ੁਰੂ ਤੋਂ ਜੂੜਾ ਕਰਦੀ ਹੈ ਨਾ ਜੀ। ਹਾਂ।
मोगे एक मशहूर दुकान से असी मौजूद हाँ और ये तस्वीर थोनू विखाई कि किस तरह ये जूड़े वाली कुड़ी मशहूर और जो भी तुसी आओगे इत्थे तां काम दे विच ही व्यस्त नज़र आएगी और ना जाने किन्नी वड्डी गिनती दे विच लोग रोज़ इत्थे आंदे ने और तुसी अज भी देखोगे कि पिछे थोनू हर जगह पर रश ही मिलेगा, सारे कस्टमर इत्थे ने और थोनू हर थान पर रश ही मिलेगा। तो अंदर जाके कस्टमर नाल भी गल करन दी कोशिश करांगे और जानांगे कि उन्हां नूं किवें लगदा। मैम कदों तो आ रहे हो इत्थे? सानूं तां 8-10 साल हो गए। अच्छा, इत्थों दी टिक्की खांदे होए? हाँ जी खांदे। अच्छा, कुड़ी जूड़ा करके रखदी है, की कहना चाहोगे कुड़ी बारे? वधिया हां, वधिया, इहनूं चंगा लगदा वा, नाले मेहनती भी बहुत है। हाँ जी, नहीं मेहनत बहुत करदी है, मेहनत बहुत ज्यादा करते बेचारे। टेस्ट कहो जिहा लगदा? टेस्ट बहुत वधिया, तां ही तां आउंदे इन्ने, ग्राहक भी तां ही आउंदा ना। जी जी जी, तुहानूं किन्ना टाइम हो गया इत्थे आउंदे नूं? मैम संत हो गए 20 साल। अच्छा, 20 साल तो आ रहे हो? हाँ, पहले इन्हें शॉप उधर होंगी सी। हाँ जी, अच्छा, ये कुड़ी के स्टाइल बारे की कहोगे? बहुत वधिया, बहुत ब्रेव लड़की है, बहुत अच्छी, बहुत मेहनती है, हाँ, प्राउड हों। क्या बात है जी, क्या बात है। तो तुम देखोगे कि इस टाइम भी इस थान पर बिल्कुल राशि नगर आएगा और इस कुड़ी के फैंस बहुत ने और लोग इसके टेस्ट न स्टाइल न बहुत पसंद करते हैं। सो मोगे तो तस्वीर थोड़े नाल सांझे कर रहे हैं। जेकर तुसी भी मोगा शहर के रहने वाले हो तो हो सकते कि तुसी इत्थे जरूर आए होवो, जेकर नहीं आए तो तुसी भी जरूर आओ और इस दसवाद जरूर चक के जाओ। तो जो विदेशा तो भी लोग इत्थे आते हैं वो भी इत्थों आके टिक्की जरूर चक के जाते हैं, लेके जाते हैं, खा के जाते हैं, टेस्ट करके जाते हैं। इस टिक्की के विदेशा तक भी चर्चे ने। स्विस की रिपोर्ट, कैमरा परसन अमित जसनूर तवन, डेली पोस्ट पंजाबी।